ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਸਨਅਤੀ ਨੀਤੀ ਤਹਿਤ ਪੰਜਾਬ ਵਿੱਚ ਨਵੇਂ ਉਦਯੋਗਾਂ ਨੂੰ ਪੇਸ਼ਕਸ਼ ਕੀਤੀ ਜਾ ਰਹੀਆਂ ਰਿਆਇਤਾਂ ਦੇ ਬਰਾਬਰ ਹੀ ਮੌਜੂਦਾ ਸਨਅਤਾਂ ਨੂੰ ਰਿਆਇਤਾਂ ਮੁਹੱਈਆ ਕਰਾਉਣ ਲਈ ਉਦਯੋਗ ਵਿਭਾਗ ਨੂੰ ਆਦੇਸ਼ ਦਿੱਤੇ ਨੇ। ਮੁੱਖ ਮੰਤਰੀ ਨੇ ਆਦੇਸ਼ ਉਸ ਵੇਲੇ ਜਾਰੀ ਕੀਤੇ ਜਦੋਂ CII ਦਾ ਵਫਦ ਉੱਤਰੀ ਖੇਤਰ ਦੇ ਚੇਅਰਮੈਨ ਸੁਮੰਤ ਸਿਨਹਾ ਦੀ ਅਗਵਾਈ ਵਿੱਚ ਉਹਨਾਂ ਨੂੰ ਮਿਲਣ ਆਇਆ। ਕੈਪਟਨ ਨੇ ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵੱਖ ਵੱਖ ਸਥਾਨਕ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕੈਪਟਨ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਗੈਂਗਸਟਰਾਂ ਨੂੰ ਸਰੈਂਡਰ ਕਰਨ ਦੀ ਚੇਤਾਵਨੀ ਵੀ ਦਿੱਤੀ। ਅਸੀਂ ਹਰ ਮਹਿਕਮੇ ਦੀ ਮੀਟਿੰਗ ਲੈ ਰਹੇ ਹਾਂ, ਦਿਸ ਵਾਜ਼ ਦਾ ਲੋਕਲ ਸੈਲਫ ਗਵਰਨਮੈਂਟ ਦੀ, ਅਤੇ ਦੇਖਿਆ ਕਿ ਕੀ ਪ੍ਰੋਬਲਮਸ ਨੇ ਉਹਨਾਂ ਦੀਆਂ ਔਰ ਕਿਸ ਤਰੀਕੇ ਨਾਲ ਅਸੀਂ ਸੋਲਵ ਕਰ ਸਕਦੇ। ਤੁਹਾਡਾ ਖਿਆਲ ਨਹੀਂ ਉਹ ਗੈਂਗਸਟਰ ਨਹੀਂ ਹੈ ਪੰਜਾਬ ਦੇ ਵਿੱਚ? ਜਦ ਆਪ DGP ਨੇ ਸਾਡੇ ਗਵਰਨਮੈਂਟ ਬਣਨ ਤੋਂ ਪਹਿਲਾਂ ਕਿਹਾ ਹੈ, ਐਂਡ ਉਹ ਫੈਕਟਸ ਫਿਗਰਸ ਆਪਣੇ ਅਖਬਾਰ 'ਚ ਆ ਚੁੱਕੇ ਨੇ, ਔਰ ਜਿਹੜੇ ਗੈਂਗਸਟਰ ਨੇ ਅਸੀਂ ਇੱਕ ਗੈਂਗਸਟਰ ਨਹੀਂ ਛੱਡਣਾ, ਵੀ ਆਰ ਗੋਇੰਗ ਟੂ ਫਿਨਿਸ਼ ਦਮ ਆਫ। ਅਗਰ ਉਹ ਸਰੈਂਡਰ ਕਰਨਗੇ, ਸਰੈਂਡਰ ਕਰਨ, ਨਹੀਂ ਸਰੈਂਡਰ ਕਰਨਗੇ ਪੁਲਿਸ ਵਿਲ ਡੀਲ ਵਿਦ ਦਮ।